ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ YouTube Farmer ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਮੌਸਮ ਦੀ ਗੱਲ ਕਰਾਂਗੇ 21 ਤੋਂ ਲੈ ਕੇ 30 ਅਗਸਤ ਤੱਕ ਜਿਹੜੇ ਅਗਸਤ ਦੇ ਮਗਰਲੇ ਅਖਿਆ ਜਾਂਦੇ ਆਪਾਂ ਕੀ ਲਈਏ 10 ਦਿਨ ਰਹਿ ਗਏ ਨੇ ਇਹਨਾਂ 10 ਦਿਨਾਂ ਦਾ ਜਿਹੜਾ ਮੌਸਮ ਹੈ ਉਹ ਪੰਜਾਬ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਆਪਾਂ ਸੰਖੇਪ ਵਿੱਚ ਜਿਹੜੀ ਸਾਰੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਵੀ ਸਾਰੇ ਜਿਨ੍ਹਾਂ ਹਾਲ ਤੱਕ ਆਪਣੇ ਸਾਬ ਨੇ ਇਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣੀਆਂ ਵੀਡੀਓਜ਼ ਨੇੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਦੀ ਜਿਹੜਾ ਮੌਸਮ ਹੈ ਤਕਰੀਬਨ ਆਪਾਂ ਪਹਿਲੇ 2 ਦਿਨਾਂ ਦੀ ਗੱਲ ਕਰੀਏ 21 22 ਜਿਹੜਾ ਇਹਨਾਂ ਦਿਨਾਂ ਦਾ ਮੌਸਮ ਹੈ ਪੰਜਾਬ ਵਿੱਚ ਹਲਕੀ ਤੋਂ ਜਿਹੜੀ ਦਰਮਿਆਨੀ ਬੱਦਲਬਾਈ ਆ ਉਹ ਦੇਖਣ ਨੂੰ ਮਿਲੇਗੀ ਵੈਸੇ ਇਹਦੇ ਨਾਲ ਨਾਲ ਜਿਹੜੀ ਧੁੱਪ ਆ ਉਹ ਨਿਕਲਦੀ ਰਹੇਗੀ ਇਹਦਾ ਮਤਭਾਅ ਇਹ ਹੈ ਕਿ ਜਿਹੜੇ ਆਈ ਚਲਾਈ ਵਾਲੇ ਬੱਦਲ ਰਹਿੰਦੇ ਆ ਨੀਲੇ ਸਾਫ਼ ਆਕਾਸ਼ ਥੱਲੇ ਉਹ ਚਲਦੇ ਰਹਣਗੇ ਕੁਝ ਥਾਮਾਂ ਤੇ ਹੋ ਸਕਦਾ ਹੈ ਕਿ 5 ਤੋਂ 10 ਮਿੰਟਾਂ ਲਈ ਜਿਹੜੀਆਂ ਹਲਕੀਆਂ ਬੁਸ਼ਾਰਾ ਹੁੰਦੀਆਂ ਨੇ ਕਹਿ ਸਕਦੇ ਆ ਮੀਂਹੀਆਂ ਕਣੀਆਂ ਪੂਰ ਜਹੀ ਉਹ ਪੈ ਸਕਦੀ ਹੈ ਪਰ ਕਿਸੇ ਵੀ ਤਰ੍ਹਾਂ ਦੇ ਤਕੜੇ ਭਾਰੀ ਮੀਂਹ ਦੇ ਜਾਂ ਚੰਗੇ ਸਪੈਲ ਮੀਂਹ ਦਾ ਹੋਣ ਵਾਲਾ ਇਹਦੀ ਉਮੀਦ ਨਹੀਂ ਹੈ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ 25 ਅਗਸਤ ਤੱਕ 23 24 ਤੇ 25 ਇਹਨਾਂ ਦਿਨਾਂ ਨੂੰ ਜਿਹੜਾ ਮੌਸਮ ਹੈ ਤਕਰੀਬਨ ਪੰਜਾਬ ਵਿੱਚ ਖੁਸ਼ਕ ਬਣਿਆ ਰਹੇਗਾ ਪਾਰੇ ਵਿੱਚ ਵਾਧਾ ਹੋਵੇਗਾ ਤੇ ਜਿਹੜੀ ਗਰਮੀ ਆ ਉਹਦਾ ਅਹਿਸਾਸ ਜਿਹੜਾ ਉਹ ਦੇਖਣ ਨੂੰ ਮਿਲੇਗਾ ਅਤੇ 25 ਤਰੀਕ ਦੇ ਲਾਗੇ ਹੋ ਸਕਦਾ ਹੈ ਕਿ ਪੰਜਾਬ ਉੱਤੇ ਹਲਕੀ ਜਿਹੜੀ ਬੱਦਲਬਾਈ ਆ ਸਕਦੀ ਹੈ ਕੁਝ ਥਾਵਾਂ ਤੇ ਛਿੱਟੇ ਪੈ ਸਕਦੇ ਹਨ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ 26 ਅਤੇ 27 ਦੀ 26 ਤੇ 27 ਅਗਸਤ ਨੂੰ ਜਿਹੜਾ ਮੌਸਮ ਹੈ ਪੰਜਾਬ ਦਾ ਉਹ ਬਿਲਕੁਲ ਮਤਲਬ ਸਾਫ਼ ਬਣੇ ਰਹੇਗਾ ਜਿਹੜੀ ਮਤਲਬ ਹਲਕੀ ਬੱਦਲਬਾਈ ਹੈ ਪੰਜਾਬ ਵਿੱਚ ਇਹਨਾਂ ਸਾਰੇ ਦਿਨਾਂ ਦੌਰਾਨ ਬਣੀ ਰਹੇਗੀ ਭਾਵੇਂ ਕਿ ਜਿਹੜੇ ਹਲਕੇ ਬੱਦਲ ਬਣਦੇ ਹਨ ਪਰ ਨਾਲ-ਨਾਲ ਧੁੱਪ ਆੜੀ ਉਹ ਵੀ ਨਿਕਲੂਗੀ ਤੇ ਇਸ ਤੋਂ ਬਾਅਦ ਜਿਹੜਾ 28 ਅਤੇ 29 ਆ ਇਹਨਾਂ ਦੋ ਦਿਨਾਂ ਦੌਰਾਨ ਫਿਰ ਇੱਕ ਵਾਰ ਜਿਹੜਾ ਛੋਟੇ ਬੱਦਲਾਂ ਦੀ ਜਿਹੜੀ ਕਾਰਵਾਈ ਆ ਹੋਣ ਜਾ ਰਹੀ ਹੈ 28 ਅਤੇ 29 ਨੂੰ ਹੋ ਸਕਦਾ ਹੈ ਕਿ ਪੰਜਾਬ ਦੇ 40 ਤੋਂ 50% ਜਿਹੜੇ ਏਰੀਏ ਹਨ ਉਹਨਾਂ ਵਿੱਚ ਹੋ ਸਕਦਾ ਹੈ ਕਿ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਉਦੋਂ ਵੀ ਕਿਸੇ ਤਰ੍ਹਾਂ ਦੇ ਕੋਈ ਭਾਰੇ ਬਾਰਿਸ਼ ਦੀ ਉਮੀਦ ਹਾਲੇ ਤੱਕ ਜੋ ਮੌਸਮ ਦੇ ਆਸਾਰ ਹਨ ਉਹਨਾਂ ਵਿੱਚ ਨਹੀਂ ਹੈ ਜੇ ਇਸ ਤਰ੍ਹਾਂ ਵਿੱਚ ਕੋਈ ਤੇਜ਼ ਜਾਂ ਮੌਸਮ ਦੀ ਜਾਣਕਾਰੀ ਵਿੱਚ ਕੋਈ ਬਦਲਾਅ ਆਉਂਦਾ ਹੈ ਜੋ ਕੀਨਾਂ ਦਿਨਾਂ ਵਿੱਚ ਗੜਬੜੀ ਦੇ ਆਸਾਰ ਵਧਦੇ ਹਨ ਤਾਂ ਆਪਾਂ ਸਮੇਂ ਤੇ ਤੁਹਾਨੂੰ ਨਵੀਂ ਵੀਡੀਓ ਵਿੱਚ ਜਾਣਕਾਰੀ ਅਪਡੇਟ ਕਰਦੇ ਰਹਾਂਗੇ ਤੇ ਉਸ ਤੋਂ ਬਾਅਦ 30 29 ਦੇ 30 ਤਰੀਕ ਦੀ ਗੱਲ ਕਰੀਏ ਤਾਂ 30 ਅਗਸਤ ਤੱਕ ਜਿਹੜਾ ਮੌਸਮ ਹੈ ਫਿਰ ਇੱਕ ਵਾਰ ਥੋੜਾ ਜਿਆਦਾ ਖੁਸ਼ਕ ਬਣਨਾ ਸ਼ੁਰੂ ਅੰਭ ਹੋ ਜਾਵੇਗਾ ਕਹਿਣ ਦਾ ਮਤਲਬ ਜੇ ਸੰਖੇਪ ਵਿੱਚ ਗੱਲ ਕਰੀਏ ਤਾਂ ਇੱਕ ਸੌਰੀ 21 ਤੋਂ ਲੈ ਕੇ 30 ਅਗਸਤ ਤੱਕ ਜਿਹੜਾ ਮੌਸਮ ਹੈ ਪੰਜਾਬ ਵਿੱਚ ਉਹ ਰਲਮਾ ਮਿਲਮਾ ਬਣਿਆ ਰਹੇਗਾ ਪਾਰੇ ਵਿੱਚ ਵੱਧਾ ਜਿਹੜਾ ਉਹ ਦੇਖਣ ਨੂੰ ਮਿਲੇਗਾ ਪਰ ਇਸ ਦੇ ਨਾਲ-ਨਾਲ ਧੁੱਪ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਜਿਹੀ ਬੱਦਲਬਾਹੀ ਆ ਸਵੇਰ ਤੋਂ ਸ਼ਾਮ ਦੇ ਵੇਲੇ ਹੁੰਦੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਇੱਕ ਦੋ ਕ ਥਾਵਾਂ ਤੇ ਜਿਹੜੀ ਹਲਕੀਆਂ ਮੀਂਹ ਜਾਂ ਛਿਟਪਟਾ ਬਾਰਸ਼ੜੀ ਹੋ ਸਕਦੀ ਹੈ ਪਰ ਕਿਸੇ ਵੀ ਤਰ੍ਹਾਂ ਦੇ ਜਿਹੜਾ ਭਾਰੀ ਮੀਂਹ ਦੀ ਅਸਾਰ ਇਹਨਾਂ ਦਿਨਾਂ ਵਿੱਚ ਬਿਲਕੁਲ ਵੀ ਨਹੀਂ ਹਨ